ओ मेरे सपनों की रानी कब आएगी तू? मेरी गल तां सुनो। की गल है? एक गल तां दसो ਤੇ ਅੱਜ ਕੱਲ ਬਾਦੀ ਪਾ ਕੇ ਕਿਉਂ ਨਹੀਂ ਜਾਂਦੇ ਤੁਸੀਂ? ਓਏ ਮੈਨੂੰ ਆਉਣ ਨਹੀਂ ਦਿੰਦੀ। ਆਉਣ ਨਹੀਂ ਦਿੰਦੀ? ਕੌਣ ਨਹੀਂ ਆਉਣ ਦਿੰਦੀ? ਮੇਰੀ ਮੇਰੀ ਡਿਊਟੀ ਮੈਨੂੰ ਆਉਣ ਨਹੀਂ ਦਿੰਦੀ। ਮੇਰਾ ਮਤਲਬ ਅੱਜ ਕੱਲ ਚੋਰ ਚੱਕੇ ਬੜੇ ਸਿਆਣੇ ਹੋ ਗਏ ਨੇ, ਵਰਦੀ ਦੇਖ ਕੇ ਲੁੱਕ ਜਾਂਦੇ ਨੇ। ਤੇ ਜੇ ਸਿਵਲ ਕੱਪੜੇ ਪਾਏ ਹੋਣ ਨਾ ਤੇ ਫਿਰ ਜੱਫੀਆਂ ਪਾਉਂਦੇ ਨੇ। ਓਹੋ ਮੇਰੀ ਗੱਲ ਤਾਂ ਸੁਣੋ। ਹਾਂ ਨਾ ਤੁਹਾਨੂੰ ਜੱਫੀਆਂ ਕਿਉਂ ਪਾਉਂਦੇ ਨੇ? ਆਹਾ ਮੈਨੂੰ ਜੱਫੀਆਂ ਨਹੀਂ ਪਾਉਂਦੇ, ਆਪਸ ਚ ਜੱਫੀਆਂ ਪਾਉਂਦੇ ਨੇ ਤੇ ਮੈਂ ਲੁੱਕ ਕੇ ਫੜ ਲੈਣਾ। ਹੁਣ ਮੈਂ ਲੇਟ ਹੋ ਰਿਹਾ, ਬਾਈ ਬਾਈ। ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ? ਆਈ ਰੁੱਤ ਮਸਤਾਨੀ ਕਬ ਆਏਗੀ ਤੂੰ? ਚਲੀਆ ਆ ਤੂੰ ਚਲੀਆ, ਕਮਾਉਣ ਛੇਤੀ ਆ ਜਾ। ਆਟੋ ਭਈਆ ਉਹ ਗੱਡੀ ਦਾ ਪਿੱਛਾ ਕਰੋ, ਚਲੋ ਛੇਤੀ ਚਲੋ। ਚਲੀਆ ਆ ਤੂੰ ਚਲੀਆ, ਕਮਾਨ ਕਮਾਨ। ਉਹ ਮੇਰੇ ਸਪਨੋ ਕੀ ਰਾਨੀ ਕਬ ਆਏਗੀ ਤੂੰ? ਉਹ ਮੇਰੀ ਮਾਧੁਰੀ ਦੀਕਸ਼ਿਤ। ਛੱਡ ਮੈਨੂੰ। ਛੱਡਣ ਵਾਸਤੇ ਥੋੜਾ ਫੜਿਆ ਤੈਨੂੰ? ਮੇਰੀ ਮਾਧੁਰੀ ਦੀਕਸ਼ਿਤ ਮੁੱਚੀ। ਮਾਧੁਰੀ ਨੂੰ ਭੁੱਲ ਜਾ, ਗੱਲ ਤਾਂ ਪਵਾਰ ਆ ਗਈ। ਭਾਈ ਲਲਿਤਾ ਨਹੀਂ, ਮਨਜੀਤ ਕੌਰ, ਤੁਹਾਡੀ ਘਰ ਵਾਲੀ। ਆ ਰੰਗ ਰਲੀਆਂ ਮਨਾਉਣੇ ਹੋ, ਨਾ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ? ਸ਼ੱਕ ਨਹੀਂ ਕਰੀਦਾ, ਇਹ ਤੇ ਮਾਧੁਰੀ ਦੀਕਸ਼ਿਤ। ਮਾਧੁਰੀ ਹੋਵੇ ਜਾਂ ਸ਼੍ਰੀ ਦੇਵੀ, ਇਹ ਸੌਕਣ ਨੂੰ ਆ ਖੰਡਰ ਚ ਮਿਲਦੇ ਹੋ ਤੁਸੀਂ। ਓਹੋ ਮੇਰੀ ਗੱਲ ਤਾਂ ਸੁਣ, ਇਹਦਾ ਮਾਮਾ ਇਹਨੂੰ ਬਹੁਤ ਤੰਗ ਕਰਦਾ, ਉਹਨੇ ਅੱਜ ਇਹਨੂੰ ਇਸ ਖੰਡਰ ਚ ਬੁਲਾਇਆ ਸੀ। ਕਹਿੰਦਾ ਸੀ 50,000 ਰੁਪਇਆ ਲੈ ਕੇ ਮੈਂ ਤੇਰਾ ਖਹਿੜਾ ਛੱਡ ਦਿਆਂਗਾ। ਹਾਂ ਇਹਨੇ ਮੈਨੂੰ ਟੈਲੀਫੋਨ ਕੀਤਾ ਥਾਣੇ, ਮੈਨੂੰ ਮਿਲਣ ਲੱਗਿਆ। ਪਰ ਮਾਮਾ ਤਾਂ ਇਹਨਾਂ ਤੇ ਆਉਣ ਤੋਂ ਪਹਿਲਾਂ ਹੀ ਪੈਸੇ ਲੈ ਕੇ ਭੱਜ ਗਿਆ। ਓਹੋ ਨਾ ਤੂੰ ਗੱਲਾਂ ਚਲਾ ਕੇ ਆਪਦੇ ਮਾਮੇ ਨੂੰ ਰੋਕ ਨਹੀਂ ਸੀ ਸਕਦੀ? ਇਹਨਾਂ ਨੇ ਝੱਟ ਫੜ ਲੈਣਾ ਸੀ ਤੇਰੇ ਮਾਮੇ ਨੂੰ। ਇਹੀ ਤਾਂ ਮੈਂ ਇਹਨੂੰ ਸਮਝਾ ਰਿਹਾ ਸੀ। ਓ ਪਰ ਤੁਸੀਂ ਇਹਨੂੰ ਜੱਫੀ ਕਿਉਂ ਪਾਈ ਹੋਈ ਸੀ? ਥੋੜੀ ਥਾਣੇਦਾਰੀ ਵਿਚਾਰੀ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਚਲੋ ਇਹਦੇ ਮਾਮੇ ਨੂੰ ਲੱਭੋ। ਚਲਾ ਮੇਰੀ ਭੈਣ, ਰੋ ਨਾ, ਤੇਰੇ ਮਾਮੇ ਨੂੰ ਇਹਨਾਂ ਨੇ ਝੱਟ ਫੜ ਲੈਣਾ। ਉਹ ਤੁਰ ਪਓ ਤੁਸੀਂ ਹੁਣ।